ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ 32 ਕਿਸਾਨ ਜਥੇਬੰਦੀਆਂ ਦੇ ਵਫਦ ਨਾਲ ਬੈਠਕ ਕੀਤੀ ਗਈ। ਇਸ ਬੈਠਕ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਨੇ। ਦੱਸਿਆ ਜਾ ਰਿਹਾ ਕਿ ਕਿਸਾਨਾਂ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਗੱਲਬਾਤ ਦੌਰਾਨ ਕਈ ਮੰਗਾਂ ਰੱਖੀਆਂ ਗਈਆਂ। ਇਹ ਵੀ ਦੱਸ ਦਈਏ ਕਿ ਮੁੱਖ ਮੰਤਰੀ ਨਾਲ ਬੈਠਕ ਤੋਂ ਪਹਿਲਾਂ ਕਿਸਾਨਾਂ ਦਾ ਸਿਕਿਉਰਿਟੀ ਨਾਲ ਵਿਵਾਦ ਹੋ ਗਿਆ ਸੀ। ਕਿਸਾਨਾਂ ਦਾ ਦੋਸ਼ ਸੀ ਕਿ ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਹਨਾਂ ਨੂੰ ਧੱਕੇ ਮਾਰੇ। ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਵੱਲੋਂ ਖੁਦ ਕਿਸਾਨਾਂ ਨੂੰ ਮਨਾਇਆ ਗਿਆ ਅਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਵੀ ਕਿਸਾਨਾਂ ਕੋਲੋਂ ਮਾਫੀ ਮੰਗੀ ਗਈ। ਇਸ ਤੋਂ ਬਾਅਦ ਕਿਸਾਨ ਮੁੱਖ ਮੰਤਰੀ ਨਾਲ ਬੈਠਕ ਕਰਨ ਲਈ ਰਾਜੀ ਹੋ ਗਏ। ਬਹੁਤ ਮਿਹਰਬਾਨੀ ਦੋਸਤੋ, ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਹੋਈ ਹੈ ਇਸੇ ਜਗ੍ਹਾ ਤੇ। ਉਹਦੇ ਵਿੱਚ ਕਾਫੀ ਮੁੱਦੇ ਡਿਸਕਸ ਕੀਤੇ ਗਏ ਨੇ, ਜਿਹਦੇ ਚੋਂ ਇੱਕ ਅਹਿਮ ਫੈਸਲਾ ਇਹ ਹੋਇਆ ਅਸੀਂ 40,000 ਰੁਪਏ ਫੀ ਏਕੜ ਨਰਮਾ ਪੱਟੀ ਵਿੱਚ ਜਿਹੜਾ ਨੁਕਸਾਨ ਹੋਇਆ ਮੰਗ ਕਰਦੇ ਸੀ, ਪਰ ਸਰਕਾਰ ਨੇ ਮੁੱਖ ਮੰਤਰੀ ਨੇ ਮੰਨਿਆ ਵੀ 12,000 ਰੁਪਈਏ ਤੋਂ ਇਹ ਮੁਆਵਜ਼ਾ ਜਿਹੜਾ ਵਧਾ ਕੇ 17,000 ਰੁਪਈਆ ਫੀ ਏਕੜ ਕੀਤਾ ਜਾਏਗਾ, ਔਰ ਇਹਦੇ 'ਚ 10% ਜਿਹੜਾ ਉਹ ਖੇਤ ਮਜ਼ਦੂਰਾਂ ਨੂੰ ਵੀ ਮਿਲੇਗਾ। ਇਸੇ ਤਰ੍ਹਾਂ ਝੋਨੇ ਦੀ ਪੇਮੈਂਟ ਦਾ ਮਸਲਾ ਚੱਲਿਆ ਆਉਂਦਾ, ਇਹਨਾਂ ਨੇ ਇਹਨਾਂ ਦੇ ਪੋਰਟਲ 'ਤੇ ਕੋਈ ਕਮੀਆਂ ਨੇ, ਕੁਛ ਨੁਕਸ ਨੇ ਸਰਕਾਰ ਦੀ, ਉਹ 3-4 ਦਿਨਾਂ ਦੇ ਵਿੱਚ ਸਭ ਕੁਝ ਹੱਲ ਕਰਕੇ ਪੇਮੈਂਟ ਕਰ ਦਿੱਤੀ ਜਾਏਗੀ। ਅਤੇ ਮੰਡੀਆਂ ਵਿੱਚ ਜਿਹੜਾ ਝੋਨਾ ਉਹਦਾ 1-1 ਦਾਣਾ ਖਰੀਦਣ ਦਾ ਸਰਕਾਰ ਨੇ ਭਰੋਸਾ ਦਿੱਤਾ। ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਜਦੋਂ ਦਾ ਇਹ ਮੋਰਚਾ ਰੇਲਵੇ ਲਾਈਨਾਂ 'ਤੇ ਬੈਠਣ ਤੋਂ ਜਦੋਂ ਤੋਂ ਇਹ ਮੋਰਚਾ ਚੱਲਿਆ, ਉਦੋਂ ਤੋਂ ਹੁਣ ਤੱਕ ਬਹੁਤ ਸਾਰੇ ਕੇਸਿਸ ਪੰਜਾਬ 'ਚ ਵੀ ਦਰਜ ਨੇ, ਚੰਡੀਗੜ੍ਹ 'ਚ ਵੀ ਦਰਜ ਨੇ, ਹੋਰ ਥਾਵਾਂ 'ਤੇ ਵੀ ਦਰਜ ਨੇ। ਪੰਜਾਬ ਸਰਕਾਰ ਨੇ, ਉਹਨਾਂ ਨੇ ਮੁੱਖ ਮੰਤਰੀ ਨੇ ਮੰਨਿਆ ਵੀ ਜਿੰਨੇ ਕੇਸ ਪੰਜਾਬ ਵਿੱਚ ਨੇ ਉਹ ਸਾਰੇ ਦੇ ਸਾਰੇ ਕੇਸਿਸ ਸਾਨੂੰ ਲਿਸਟ ਦਿਓ, ਅਸੀਂ ਸਾਰੇ ਉਹ ਵਿਦਡਰਾਅ ਕਰ ਲਾਂਗੇ। ਇਹ ਤੋਂ ਬਿਨਾਂ ਚੰਡੀਗੜ੍ਹ ਵਿੱਚ 26 ਜਨਵਰੀ ਨੂੰ ਕੁਝ ਕੇਸਿਸ ਦਰਜ ਹੋਏ ਸੀ, ਉਹਦੇ ਹਾਂਜੀ 26 ਜੂਨ ਨੂੰ ਉਹਨਾਂ ਕੇਸਿਸ ਬਾਰੇ CM ਨੇ ਕਿਹਾ ਵੀ ਮੈਂ ਤੁਹਾਡੇ ਨਾਲ ਚੱਲਾਂਗਾ, ਗਵਰਨਰ ਨੂੰ ਮਿਲ ਕੇ ਰਿਕੁਐਸਟ ਕਰਾਂਗੇ ਵੀ ਚੰਡੀਗੜ੍ਹ ਦੇ ਕੇਸ ਵੀ ਜਿਹੜੇ ਨੇ ਉਹ ਵਾਪਸ ਲਏ ਜਾਣ। ਇੱਕ ਇਹ ਵੀ ਚਰਚਾ ਹੋਈ, ਭਾਰਤਮਾਲਾ ਅਧੀਨ ਬਹੁਤ ਸਾਰੀਆਂ ਹਾਈਵੇਜ਼ ਪੰਜਾਬ 'ਚ ਬਣ ਰਹੀਆਂ, ਉਹਨਾਂ 'ਚ ਰੇਟ ਜਿਹੜਾ ਮੁਆਵਜ਼ੇ ਦਾ ਅਲੱਗ ਅਲੱਗ ਜਗ੍ਹਾ ਇੱਕ ਜ਼ਿਲ੍ਹੇ 'ਚੋਂ ਦੂਜੇ ਜ਼ਿਲ੍ਹੇ ਵਿੱਚ ਕਈ ਵਾਰੀ ਵੱਟ ਨਾਲ ਵੱਟ ਸਾਂਝੀ ਹੁੰਦੀ ਹੈ, ਰੇਟ ਦਾ ਬਹੁਤ ਵੱਡਾ ਫਰਕ ਹੁੰਦਾ। ਮੁੱਖ ਮੰਤਰੀ ਨੇ ਮੰਨਿਆ ਵੀ ਇਹਦੇ ਲਈ ਕੋਈ ਪੋਲਿਸੀ ਚਾਹੀਦੀ ਹੈ। ਜਿਹੜੇ ਹੁਣ ਤੱਕ ਮੁਆਵਜ਼ੇ ਦੇ ਅਵਾਰਡ ਵੀ ਹੋਏ ਨੇ ਉਹਨਾਂ ਨੇ ਕਿਹਾ ਇਹ ਵੀ ਵਾਪਸ ਕਰਾ ਕੇ, ਜਿਹੜਾ ਲੈਂਡ ਐਕੁਜੀਸ਼ਨ ਐਕਟ ਦੀ ਧਾਰਾ 28(7) ਦੇ ਅਨੁਸਾਰ ਨਵੇਂ ਸਿਰੇ ਮੁਆਵਜ਼ੇ ਦੇ ਕੇਸ ਬਣਾਏ ਜਾਣਗੇ ਔਰ ਸਾਰਿਆਂ ਨੂੰ ਇੱਕ ਸਾਰ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਏਗਾ। ਔਰ ਉਹਨਾਂ ਨੇ ਆਪਣੇ ਵੱਲੋਂ ਇਹ ਵੀ ਕਿਹਾ ਵੀ ਮੈਂ ਸਮਝਦਾ ਇਹ ਜਿਹੜੀ ਭਾਰਤਮਾਲਾ 'ਚ ਸੜਕਾਂ ਬਣਾਈਆਂ ਜਾ ਰਹੀਆਂ, ਐਵੇਂ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ, ਇਹਦੀ ਲੋੜ ਬਹੁਤੀ ਹੈ ਨਹੀਂ। ਕੁਛ ਜਗ੍ਹਾ ਕੁਛ ਕੰਪਨੀਆਂ ਨੇ ਨਕਲੀ ਬੀਜ ਵੇਚਿਆ, ਫਤਿਹਾਬਾਦ ਦੀ ਇੱਕ ਕੰਪਨੀ ਨੇ ਵੇਚਿਆ, ਕਿਸਾਨਾਂ ਨੂੰ ਲਿਖ ਕੇ ਦਿੱਤਾ ਵੀ ਇਹਦਾ 32 ਕੁਇੰਟਲ ਝਾੜ ਹੋਏਗਾ, ਜੇ ਘੱਟ ਹੋਏਗਾ ਤਾਂ ਅਸੀਂ ਉਹਦਾ ਮੁਆਵਜ਼ਾ ਦੇਵਾਂਗੇ। ਉਹਦੀ ਜਾਂਚ ਕਰਾ ਕੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇੱਕ ਪੰਜ ਸੀਡ ਦਾ ਬਹੁਤ ਸਾਰਾ ਬੀਜ ਕਣਕ ਦਾ ਜਿਹਨੂੰ ਸੁਸਰੀ ਲੱਗੀ ਹੋਈ ਸੀ, ਪੰਜਾਬ ਸਰਕਾਰ ਨੇ ਇਸ ਸੀਜ਼ਨ ਵਿੱਚ ਦਿੱਤਾ ਅਤੇ ਉਹਦਾ ਕੰਪਨਸੇਸ਼ਨ ਕਿਸਾਨਾਂ ਨੂੰ ਦੇਣ ਦੇ ਨਾਲ ਨਾਲ ਅਸੀਂ ਡਿਮਾਂਡ ਇਹ ਕੀਤੀ ਹੈ ਵੀ ਜਿਹੜੇ ਅਫਸਰਾਂ ਨੇ ਉਹ ਸੀਡ ਖਰੀਦਿਆ ਉਹਨਾਂ 'ਤੇ ਉਹਨਾਂ ਨੂੰ ਸਸਪੈਂਡ ਨਾ ਕੀਤਾ ਜਾਏ, ਉਹਨਾਂ 'ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਜਾਏ। ਉਹ ਇਹ ਮੁੱਖ ਮੰਤਰੀ ਨੇ ਮੰਨਿਆ ਵੀ ਹਾਂ ਉਹਨੂੰ ਉਸ 'ਤੇ ਪਰਚਾ ਦਰਜ ਹੋਏਗਾ। ਇੱਕ ਬੜਾ ਅਹਿਮ ਫੈਸਲਾ ਜਿਹੜਾ CM ਨੇ ਮੰਨਿਆ, ਕਿਸਾਨਾਂ ਔਰ ਖੇਤ ਮਜ਼ਦੂਰਾਂ ਵਾਸਤੇ ਇੱਕ ਪੈਨਸ਼ਨ ਸਕੀਮ ਬਣਾਈ ਜਾਏਗੀ, ਜਿਹੜੇ ਜਿਹਦੇ ਲਈ ਉਹਨਾਂ ਨੇ ਕਿਹਾ ਤੁਹਾਡੀ ਸਲਾਹ ਨਾਲ ਬਹੁਤ ਜਲਦੀ ਮੀਟਿੰਗ ਹੋਏਗੀ, ਉਹਦੇ ਵਿੱਚ ਇਹ ਪੈਨਸ਼ਨ ਸਕੀਮ ਦਾ ਫੈਸਲਾ ਕੀਤਾ ਜਾਏਗਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਅਸੀਂ ਕਿਹਾ ਕੋਈ ਟੈਕਨੋਕ੍ਰੈਟ ਨੂੰ ਵਾਈਸ ਚਾਂਸਲਰ ਲਾਇਆ ਜਾਏ, ਉਹਦੇ ਲਈ ਉਹਨਾਂ ਨੇ ਹੁੰਗਾਰਾ ਭਰਿਆ, ਪਰ ਨਾਲ ਹੀ ਬੈਕਡੋਰ ਰਾਹੀਂ ਕੁਝ ਦਿੱਲੀ ਵਾਲਿਆਂ ਦੇ ਦਬਾਅ ਹੇਠ ਰਜਿਸਟਰਾਰ ਦੀ ਪੋਸਟ ਭਰਨ ਵਾਸਤੇ ਇੰਟਰਵਿਊ ਕਾਲ ਕੀਤੀ ਹੋਈ ਸੀ। ਅਸੀਂ ਮੰਗ ਕੀਤੀ ਸੀ ਵੀ ਇਹ RSS ਦੇ ਦਬਾਅ ਹੇਠ ਹੋ ਰਿਹਾ, ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੀ ਯੂਨੀਵਰਸਿਟੀ ਹੈ, ਇਹਦੇ ਵਿੱਚ ਕੋਈ ਟੈਕਨੀਕਲ ਬੰਦੇ ਹੋਣੇ ਚਾਹੀਦੇ ਹੈ, ਜੇ ਰਜਿਸਟਰਾਰ ਭਰਤੀ ਇਸ ਤਰ੍ਹਾਂ ਕਰ ਲਿਆ ਜਿਹੜਾ ਕਿ ਵਾਈਸ ਚਾਂਸਲਰ ਨੂੰ ਹੀ ਕਾਨੂੰਨੀ ਤੌਰ 'ਤੇ ਅਧਿਕਾਰ ਹੈ, ਜੇ ਕਿਸੇ ਕੋਲ ਐਡੀਸ਼ਨਲ ਚਾਰਜ ਹੈ ਉਹ ਭਰਤੀ ਤਾਂ ਕਰ ਸਕਦਾ, ਪਰ ਉਹਨੂੰ ਫਿਰ ਬਾਅਦ 'ਚ ਠੀਕ ਕਰਨ ਵਾਸਤੇ ਬਹੁਤ ਵੱਡੀ ਕਾਨੂੰਨੀ ਲੜਾਈ ਹੈ ਜਿਹਦੇ ਵਿੱਚ ਉਲਝ ਕੇ ਰਹਿ ਜਾਏਗਾ ਮਸਲਾ। ਅਸੀਂ ਉਹਨਾਂ ਨੂੰ ਕਿਹਾ ਇੰਟਰਵਿਊ ਕੈਂਸਲ ਕਰੋ,
ਸਾਰੀਆਂ ਨਵੇਂ ਸਿਰੇ ਐਪਲੀਕੇਸ਼ਨਸ ਮੰਗੋ ਔਰ ਕਿਸੇ ਟੈਕਨੋਕ੍ਰੈਟ ਨੂੰ ਐਕਸਪੀਰੀਅੰਸਡ ਹੈਂਡ ਨੂੰ ਰਜਿਸਟਰ ਲਾਓ ਕਿਉਂਕਿ ਉਹਨੇ ਸਾਰੀ ਯੂਨੀਵਰਸਿਟੀ ਦੀਆਂ ਭਰਤੀਆਂ ਕਰਨੀਆਂ ਹੁੰਦੀਆਂ ਇਹ ਉਹਨਾਂ ਨੇ ਮੰਨ ਲਏ ਔਰ ਇੰਟਰਵਿਊ ਕੈਂਸਲ ਕਰਨ ਦਾ ਭਰੋਸਾ ਦਿੱਤਾ ਇੱਕ ਅਸੀਂ ਉਹਨਾਂ ਨੂੰ ਕਿਹਾ ਵੀ ਜਿਸ ਤਰ੍ਹਾਂ ਪਿਛਲੇ ਦਿਨੀ ਬਿਜਲੀ ਬੋਰਡ ਦੇ ਵਿੱਚ ਭਰਤੀ ਹੋਈ ਹੈ ਉਹਦੇ ਵਿੱਚ 75-80% ਜਿਹੜੇ ਨੇ ਉਮੀਦਵਾਰ ਉਹ ਪੰਜਾਬ ਤੋਂ ਬਾਹਰੋਂ ਸਿਲੈਕਟ ਕਰ ਲਏ ਗਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਜਿਹੜੀ ਸਿਲੈਕਸ਼ਨ ਹੈ ਰੱਦ ਕਰੋ ਪਾਲਿਸੀ ਬਣਾਓ 80-20 ਦੀ ਰੇਸ਼ੋ ਤੈਅ ਕਰੋ 80% ਜਿਹੜੇ ਨੇ ਉਹ ਪੰਜਾਬ 'ਚੋਂ ਭਰਤੀ ਹੋਣ 20% ਬਾਹਰਲੇ ਕੈਂਡੀਡੇਟ ਭਰਤੀ ਹੋਣ ਇਹ ਵੀ ਮੁੱਖ ਮੰਤਰੀ ਨੇ ਮੰਨ ਲਈ ਔਰ ਉਹਨਾਂ ਨੇ ਕਿਹਾ ਭਰਤੀ ਦੀ ਅਸੀਂ ਓਵਰਆਲ ਪਾਲਿਸੀ ਬਣਾਉਣ ਜਾ ਰਹੇ ਹਾਂ ਤਾਂ ਕਿ 80-20 ਦੀ ਰੇਸ਼ੋ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀਆਂ ਵਿੱਚ ਜਗ੍ਹਾ ਮਿਲ ਸਕੇ ਕਰਜ਼ਾ ਮਾਫ਼ੀ ਬਾਰੇ ਅਸੀਂ ਬੜਾ ਗੰਭੀਰਤਾ ਨਾਲ ਇਹ ਮੁੱਦਾ ਉਠਾਇਆ ਵੀ ਤੁਸੀਂ ਚੋਣਾਂ ਵਿੱਚ ਵਾਅਦਾ ਕੀਤਾ ਸੀ ਹਾਲੇ ਤਾਂ ਪੌਣੀ ਵੀ ਨਹੀਂ ਕੱਤੀ ਤੁਸੀਂ ਵਾਅਦਾ ਕੀਤਾ ਸੀ 90,000 ਕਰੋੜ ਮਾਫ਼ ਕਰਨ ਦਾ ਅਤੇ ਇਹਦੇ ਬਾਰੇ ਦੱਸੋ ਤੁਸੀਂ ਹੁਣ ਜਿਹੜੇ ਬਾਕੀ ਦੇ ਦਿਨ ਰਹਿ ਗਏ ਇਹਨਾਂ ਦਿਨਾਂ ਵਿੱਚ ਸੰਭਵ ਹੀ ਨਹੀਂ ਕੀ ਕਰੋਗੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਡੇ ਨਾਲ ਛੇਤੀ ਮੀਟਿੰਗ ਕਰਕੇ ਇਹਦਾ ਕੋਈ ਹੱਲ ਲੱਭਾਂਗਾ ਪਰ ਅਸੀਂ ਕਿਹਾ ਸੀ ਫਿਰ ਕੁਰਕੀਆਂ ਕਿਉਂ ਹੋ ਰਹੀਆਂ ਲੋਕਾਂ ਦੀਆਂ ਉਹਨਾਂ ਨੇ ਕਿਹਾ ਕੁਰਕੀਆਂ ਕਰਨੀਆਂ ਬੰਦ ਕਰਨ ਦੇ ਹੁਕਮ ਜਾਰੀ ਕਰ ਦੇਵਾਂਗੇ ਕਰਜ਼ੇ ਦੇ ਸੰਬੰਧ 'ਚ ਉਹਨਾਂ ਨੇ ਕਿਹਾ ਜਲਦੀ ਹਫ਼ਤੇ ਦੇ ਅੰਦਰ ਅੰਦਰ ਮੀਟਿੰਗ ਕਰਾਂਗੇ ਇੱਕ ਜਿਹੜੇ 650 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ 1/3 ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ ਨੇ ਜਾਂ ਮੁਆਵਜ਼ਾ ਮਿਲਿਆ ਉਹਦੇ ਸੰਬੰਧ 'ਚ ਉਹਨਾਂ ਨੇ ਕਿਹਾ ਸਾਨੂੰ ਲਿਸਟ ਦਿਓ ਅਸੀਂ ਸਾਰਿਆਂ ਨੂੰ ਨੌਕਰੀ ਔਰ ਮੁਆਵਜ਼ਾ ਤੁਰੰਤ ਦੇ ਦਿਆਂਗੇ ਜਿਹੜੀ ਤੁਸੀਂ ਲਿਸਟ ਦਿਓਗੇ ਉਹਨਾਂ ਸਾਰਿਆਂ ਨੂੰ ਦੇ ਦਿਆਂਗੇ ਗੰਨੇ ਦੀ ਪੇਮੈਂਟ 360 ਰੁਪਏ ਭਾਅ ਮਿੱਥੇ ਆ ਸਰਕਾਰ ਨੇ 35 ਰੁਪਏ ਆਪਣੇ ਕੋਲੋਂ ਸ਼ੂਗਰ ਮਿੱਲਾਂ ਵਾਲਿਆਂ ਨੂੰ ਦੇਣ ਨੂੰ ਦਿੱਤਾ ਅਸੀਂ ਉਹਨਾਂ ਇਹ 'ਤੇ ਇਤਰਾਜ਼ ਕੀਤਾ ਵੀ ਤੁਸੀਂ ਇਨਡਾਇਰੈਕਟਲੀ ਗੰਨੇ ਦੀ ਜਿਹੜਾ ਬੇਸ ਕੀਮਤ ਹੈ ਇਹ 35 ਰੁਪਏ ਦੇ ਕੇ 360 'ਚੋਂ 325 'ਤੇ ਲਿਆ ਰਹੇ ਹੋ ਇਹ ਸਾਨੂੰ ਮਨਜ਼ੂਰ ਨਹੀਂ ਸਾਨੂੰ ਕਾਊਂਟਰ 'ਤੇ 360 ਰੁਪਏ ਕੀਮਤ ਕਹਿ ਕੇ ਮਿਲਣੇ ਚਾਹੀਦੇ ਆ ਇਹ ਨਹੀਂ ਵੀ 35 ਰੁਪਏ ਸਰਕਾਰ ਨੇ ਦਿੱਤਾ ਇੱਕ ਬੋਨਸ ਵਾਂਗੂ ਗਿਣ ਲਓ ਅਤੇ 325 ਰੁਪਏ ਪ੍ਰਾਈਸ 360 ਕੀਮਤ ਹੋ ਕੇ ਉਹ ਥੱਲੇ ਨਹੀਂ ਆਉਣੀ ਚਾਹੀਦੀ ਇਹ ਉਹਨਾਂ ਨੇ ਮੰਨਿਆ ਔਰ ਉਹਨਾਂ ਨੇ ਕਿਹਾ ਅਸੀਂ ਕਿਹਾ ਸੀ ਵੀ ਇਹ ਸਾਡੇ ਨਾਲ ਹੈ ਟੋਟਲ ਪੇਮੈਂਟ ਚਾਹੇ ਸਰਕਾਰ ਨੇ ਕਰਨੀ ਚਾਹੇ ਉਹਨੇ ਸਾਨੂੰ ਪੂਰੇ 360 ਮਿਲਣੇ ਚਾਹੀਦੇ ਆ ਉਹਨਾਂ ਨੇ ਕਿਹਾ ਮੈਂ ਗੰਨਾ ਮਿੱਲਾਂ ਵਾਲਿਆਂ ਨਾਲ ਵੀ ਮੀਟਿੰਗ ਕਰਦਾ ਤਾਂ ਕਿ ਤੁਹਾਨੂੰ ਪੂਰੀ ਪੇਮੈਂਟ ਮਿਲ ਸਕੇ ਔਰ ਜਿਹੜੇ 14 ਦਿਨ ਤੋਂ ਲੇਟ ਪੇਮੈਂਟ ਕਰਨਗੇ ਮਿੱਲਾਂ ਵਾਲੇ ਉਹਦੇ 'ਤੇ ਵਿਆਜ ਵੀ ਕਿਸਾਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਕਾਨੂੰਨ ਵਿੱਚ ਪ੍ਰਾਵਧਾਨ ਹੈ DAP ਅਤੇ ਯੂਰੀਏ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਉਹਨਾਂ ਨੇ ਕਿਹਾ ਸਾਡੇ ਕੋਲ 22 ਨਵੰਬਰ ਤੱਕ ਇਹਨਾਂ DAP ਅਤੇ ਯੂਰੀਏ ਦੀ ਸਪਲਾਈ ਰੈਗੂਲਰ ਹੋ ਜਾਏਗੀ ਇਹ ਸਮੱਸਿਆ ਖਤਮ ਹੋ ਜਾਏਗੀ ਇਹ ਤੋਂ ਬਿਨਾਂ ਅਸੀਂ ਮੰਗ ਕੀਤੀ ਸੀ ਕਿ ਜਿਹੜੇ ਸਬਜ਼ੀ ਉਤਪਾਦਕ ਨੇ ਉਹਨਾਂ ਦੇ ਖੇਤਾਂ ਵਿੱਚ ਸਬਜ਼ੀਆਂ ਨੂੰ ਰਾਤ ਨੂੰ ਪਾਣੀ ਨਹੀਂ ਲੱਗ ਸਕਦਾ ਬਿਜਲੀ ਦਿਨੇ ਸਪਲਾਈ ਕੀਤੀ ਜਾਏ ਇਹ ਵੀ ਉਹਨਾਂ ਨੇ ਮੰਨ ਲਿਆ ਲੱਕੜ ਮੰਡੀਆਂ ਦੇ ਵਿੱਚ ਲੁੱਟ ਹੁੰਦੀ ਹੈ ਕਿਸਾਨਾਂ ਦੀ ਅਸੀਂ ਕਿਹਾ ਇਹਨੂੰ ਰੈਗੂਲੇਟ ਕਰਨ ਵਾਸਤੇ ਬਹੁਤ ਦੇਰ ਪਹਿਲਾਂ ਮੰਡੀ ਬੋਰਡ ਨੇ ਐਕਸਰਸਾਈਜ਼ ਕੀਤੀ ਸੀ ਪਰ ਉਹਨੂੰ ਲਾਗੂ ਨਹੀਂ ਕੀਤਾ ਇਹ ਛੇਤੀ ਤੋਂ ਛੇਤੀ ਮੰਡੀਆਂ ਰੈਗੂਲੇਟ ਕੀਤੀਆਂ ਜਾਣ ਇਹ ਉਹਨਾਂ ਨੇ ਮੰਨ ਲਈ ਇਸੇ ਤਰ੍ਹਾਂ ਕੁਝ 500 ਕਿਸਾਨ ਨੇ ਜਿਨ੍ਹਾਂ ਨੇ ਡ੍ਰਿਪ ਇਰੀਗੇਸ਼ਨ ਦੇ ਨਾਂ 'ਤੇ ਕੁਨੈਕਸ਼ਨ ਲਏ ਸੀ ਉਹਨਾਂ ਨੂੰ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਕਿਸੇ ਨੂੰ 37,000 ਕਿਸੇ ਨੂੰ ਇਹ ਤੋਂ ਵੀ ਵੱਧ ਬਿੱਲ ਆਉਂਦਾ ਉਹਨਾਂ ਨੂੰ ਅਸੀਂ ਕਿਹਾ ਉਹਨਾਂ ਨੂੰ ਐਗਰੀਕਲਚਰ ਜਿਹੜਾ AP ਕੁਨੈਕਸ਼ਨਸ ਮੰਨ ਲਿਆ ਜਾਏ ਔਰ ਉਹਨਾਂ ਨੂੰ ਵੀ ਬਿਜਲੀ ਫ੍ਰੀ ਦਿੱਤੀ ਜਾਏ ਇਹ ਉਹਨਾਂ ਨੇ ਮੰਗ ਮੰਨ ਲਈ ਦੁੱਧ ਦੇ ਭਾਅ ਬਾਰੇ ਅਸੀਂ ਮੁੱਦਾ ਉਠਾਇਆ ਵੀ ਇਹਦੇ ਵਿੱਚ ਘੱਟੋ ਘੱਟ 10 ਰੁਪਏ ਪਰ ਫੈਟ ਦੇ ਹਿਸਾਬ ਨਾਲ ਦੁੱਧ ਦਾ ਭਾਅ ਮਿੱਥਿਆ ਜਾਏ ਘੱਟੋ ਘੱਟ 50 ਰੁਪਏ ਹੋਵੇ ਅਤੇ ਇਹਦੇ 'ਤੇ ਜਿਹੜੇ ਸੀਗੇ ਡਿਪਟੀ ਚੀਫ ਮਿਨਿਸਟਰ ਉਹਨਾਂ ਦੇ ਕੋਲ ਮਹਿਕਮਾ ਹੈ ਉਹਨਾਂ ਨੇ ਕਿਹਾ ਅਸੀਂ ਛੇਤੀ ਇਹ 'ਤੇ ਫੈਸਲਾ ਲੈ ਰਹੇ ਹਾਂ ਕੁਝ ਸਬਸਿਡੀ ਪੰਜਾਬ ਸਰਕਾਰ ਦੇਵੇਗੀ ਅਤੇ ਉਹਦੇ ਮੁਤਾਬਕ ਫਿਰ ਇਹ 'ਤੇ ਫੈਸਲਾ ਕਰ ਲਿਆ ਜਾਏਗਾ ਇਹ ਮੰਗਾਂ ਨੇ ਜਿਹੜੀਆਂ ਅੱਜ ਦੀ ਮੀਟਿੰਗ ਵਿੱਚ ਹੋਈਆਂ ਇੱਕ ਅਸੀਂ 32-32 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਸਰਬਸੰਮਤੀ ਨਾਲ ਪੰਜਾਬ ਵਿੱਚ ਸਰ ਗੁਰਨਾਮ ਸਿੰਘ ਚੜੂਨੀ ਹਰਿਆਣੇ ਤੋਂ ਨੇ ਉਹ ਇੱਥੇ ਆ ਕੇ ਮਿਸ਼ਨ ਪੰਜਾਬ ਦੇ ਨਾਂ 'ਤੇ ਆਪਣਾ ਪੋਲੀਟੀਕਲ ਏਜੰਡਾ ਲਾਗੂ ਕਰਦੇ ਨੇ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਦੇ ਮਿਸ਼ਨ ਪੰਜਾਬ ਨਾਲ ਬਿਲਕੁਲ ਸਹਿਮਤ ਨਹੀਂ ਜੋ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਲੈਂਦੇ ਨੇ ਉਹ ਗਲਤ ਲੈਂਦੇ ਨੇ ਅਸੀਂ ਉਹਦੇ ਨਾਲ ਸਹਿਮਤ ਨਹੀਂ
ਉਹਨਾਂ ਨਾਲ ਉਹੀ ਸਲੂਕ ਹੋਏਗਾ ਜੋ ਬਾਕੀ ਪੋਲੀਟੀਕਲ ਪਾਰਟੀਆਂ ਨਾਲ ਹੁੰਦਾ ਹੈ। ਉਸੇ ਤਰ੍ਹਾਂ ਸਵਾਲ ਹੋਣਗੇ, ਉਸੇ ਤਰ੍ਹਾਂ ਕਾਲੇ ਝੰਡੇ ਦਿਖਾਏ ਜਾਣਗੇ ਜਿਸ ਤਰ੍ਹਾਂ ਬਾਕੀ ਪੋਲੀਟੀਕਲ ਪਾਰਟੀਆਂ ਨਾਲ ਹੁੰਦਾ, ਕਿਉਂਕਿ ਸਾਡਾ ਏਜੰਡਾ ਨਹੀਂ। ਪਿਛਲੇ ਦਿਨਾਂ ਦੇ ਵਿੱਚ ਸੰਯੁਕਤ ਮੋਰਚੇ ਦਾ ਤੈਅ ਕੀਤਾ ਹੋਇਆ ਕਿ ਰਾਜਨੀਤਿਕ ਪਾਰਟੀਆਂ ਜਿੰਨਾ ਚਿਰ ਇਲੈਕਸ਼ਨਾਂ ਦਾ ਐਲਾਨ ਨਹੀਂ ਹੁੰਦਾ ਉਹ ਕੋਈ ਆਪਣੀ ਚੋਣ ਰੈਲੀ ਕਰਨੀਆਂ, ਕੋਈ ਜਲਸਾ ਕਰਨੀਆਂ ਤਾਂ ਉਹਦਾ ਵਿਰੋਧ ਕੀਤਾ ਜਾਊਗਾ ਕਾਲੇ ਝੰਡੇ ਲੈ ਕੇ, ਅਤੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ। ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਜਿੱਥੇ ਹਰਸਿਮਰਤ ਕੌਰ ਬਾਦਲ ਨੇ ਆਉਣਾ ਸੀ ਤਾਂ ਉੱਥੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ। ਜਿਹੜਾ ਨੰਨੂ ਮਾਨ ਹੈ ਅਤੇ ਨਾਲ ਜਿੰਦੂ ਐਮ ਐਲ ਏ ਉੱਥੋਂ ਦਾ ਸਾਬਕਾ ਨੋਨੀ ਮਾਨ, ਉਹਨਾਂ ਨੇ ਉਹਦੇ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਦਿਨ ਜਦੋਂ ਵਿਰੋਧ ਹੋਇਆ ਵੱਡੀ ਪੱਧਰ 'ਤੇ ਤਾਂ ਉਹਦੇ 'ਤੇ ਇਰਾਦਾ ਕਤਲ ਦਾ ਪਰਚਾ ਤਾਂ ਦਰਜ ਹੋ ਗਿਆ, ਪਰ ਤਿੰਨਾਂ ਵਿੱਚੋਂ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਅੱਜ ਸੀ ਐਮ ਨੇ ਭਰੋਸਾ ਦਵਾਇਆ ਕਿ ਉਹ ਭਗੌੜੇ ਨੇ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ।